ਗੱਡੀ ਕਿਤੇ ਹੈ ਜੀ? ਬਾਲਕ ਕਿੱਧਰ ਹੈ ਜੀ? ਲੈਟ ਚਲਾਓ ਫਿਰ ਨਜ਼ਰ ਆਏ, ਅੰਧੇਰਾ ਹੋਏ ਨਜ਼ਰ ਨਹੀਂ ਆ ਰਿਹਾ ਸਰ, ਲੈਟ ਆ ਨਹੀਂ ਨਾ ਕਰਾਈ। ਅੱਛਾ ਸਰ, ਮਾਡਲ ਕਿਹੜਾ ਜੀ? 98 ਸਰ। 98 ਮਾਡਲ ਜੀ, ਡਾਕੂਮੈਂਟ ਕਲੀਅਰ ਜੀ, ਫਾਈਲ ਗੱਡੀ ਦੇ ਨਾਲ ਜੀ, ਪੈਸੇ ਦੱਸੋ ਜੀ। 12 ਲੱਖ। 12 ਲੱਖ ਰੁਪਿਆ ਜੀ, 8 ਲੱਖ ਰੁਪਿਆ ਜੀ, 8 ਲੱਖ ਰੁਪਿਆ, 8 ਲੱਖ ਰੁਪਿਆ, 30,000 ਰੁਪਿਆ ਜੀ, 35,000 ਰੁਪਿਆ ਜੀ, 40,000 ਰੁਪਿਆ ਜੀ, 50,000 ਰੁਪਿਆ ਜੀ, 55,000 ਰੁਪਿਆ ਜੀ, ਪੂਰਾ 9 ਲੱਖ ਰੁਪਿਆ ਜੀ। ਗੱਡੀ ਦੇ
ਨਵੇਂ ਵਾਲੀ ਗੱਡੀ ਦੇ ਚੱਲ ਦੇ 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 ਅੱਜ ਸਾਰਿਆਂ ਦੀ ਕਾਟੇ ਦੀ ਵੇਚਣੀ ਹੈ, ਕਿਸੇ ਦੀ ਮੁਨਾਫੇ ਦੀ ਨਹੀਂ ਵੇਚਣੀ। ਯਾਰ ਇੱਧਰ ਵੀ ਤੇ ਵੇਖਣਾ, ਇਹ ਵੀ ਸਾਡੇ ਆਪਣੇ ਬੱਚੇ ਹੀ ਆ ਯਾਰ, ਇਹਨਾਂ ਵੀ ਰਿਜ਼ਕ ਵਾਸਤੇ ਲੈ ਅੱਗੇ ਅੱਗੇ ਹੋ ਨਾ। ਗੱਡੀ ਚੰਗੀ ਰੌਣਕ ਵੀ ਸੋਹਣਾ, ਗੱਡੀ ਦਾ ਨੱਬਿਆਂ ਦੀ ਗੱਡੀ ਦਿਓ, ਜਿਹੜੀ ਗੱਲ ਕੀਤੀ ਹੈ ਜ਼ਬਾਨ ਨੱਬਿਆਂ ਦੀ ਗੱਡੀ ਦਿਓ, ਗੱਲ ਕਰੋ ਜਦੋਂ ਮੈਂ ਗੱਲ ਕਰ ਦਿੱਤੀ ਹੈ ਨਵੇਂ ਦੀ 91 ਦੀ ਲਾਉਣੀ ਗੱਡੀ ਦੇਣੀ ਆ ਤੇ ਦੇ, ਨਹੀਂ ਤੇ 1 2 3 ਗੋ ਨਹੀਂ ਥੋੜਾ ਜਿਹਾ ਵਧਾਣਾ ਅਬਦੁੱਲਾ ਹੈ ਗੁੰਜਾਇਸ਼ ਠੀਕ ਹੈ, ਨਹੀਂ ਹੋਣਾ ਨਹੀਂ ਹੋਣਾ ਉਹਨੇ, ਬਟ ਪਤਾ ਨਾ ਹੋਣਾ ਤਾਂ ਨਹੀਂ ਹੋਣਾ ਯਾਰ, ਦੇ ਦਿਓ 9 90 ਦੀ ਗੱਡੀ ਦਿਓ ਦਿਓ ਦਿਓ, ਨਹੀਂ 90 ਦੀ ਮੈਂ ਗੱਲ ਕੀਤੀ ਹੈ, ਚਮਲਾ ਨਾ ਬਾਹਰ ਹਾਂ ਕੁਛ ਨੀ ਹੁੰਦਾ, 90 ਵਾਲੀ ਲੈਣੀ ਹੈ, 91 ਦੀ ਵੀ ਨੀ ਲੈਣੀ, 91 ਦੀ ਵੀ ਨਹੀਂ ਲੈਣੀ, 91 ਦੀ ਵੀ ਨਹੀਂ ਲੈਣੀ, ਨਹੀਂ ਆਉਣੀ ਬੱਚੇ ਦਿਓ ਬਿਆਨਾ ਦਿਓ ਬਿਆਨਾ ਸੌ ਹੀ ਫੜਾ ਦੇ, ਕੋਈ ਗੱਲ ਨਹੀਂ ਯਾਰ, ਤੂੰ ਛੋੜ ਇਹਨਾਂ ਗੱਲਾਂ ਨੂੰ ਯਾਰ, ਜਾਓ ਲੈ ਕੇ ਆਓ ਬਿਆਨਾ ਸਿੰਘ ਦੇ ਕੋਲ, ਜਾ ਬਿਆਨਾ ਲੈ ਆ, ਨਹੀਂ 500 ਬਿਆਨਾ ਦਾ 10,000 ਫੜ ਕੇ ਲਿਆਓ ਗੱਡੀ ਦੇ, ਵੇਖੋ ਗੱਡੀ ਤੋਂ ਜਿਹੜੀ ਮੈਂ ਗੱਲ ਕੀਤੀ ਹੈ ਲਿਆਓ ਯਾਰ, ਬਾਜਰ ਕਿੱਥੇ ਦੇ ਰਹੇ, ਵੇਟ ਕਰ ਲਓ ਮੈਂ ਯਾਰ ਬੰਦ ਬਾਰ ਮੈਂ ਡੀਲ ਨਹੀਂ ਕਰਾਂਗਾ ਇਸ ਗੱਡੀ ਦੀ, ਨੱਬਿਆਂ ਦੀ ਗੱਲ ਮੈਂ ਕੀਤੀ ਹੈ, ਮੈਂ ਕੀਤੀ ਹੈ ਨੱਬਿਆਂ ਦੀ ਗੱਲ, ਨੱਬਿਆਂ ਦੀ ਗੱਡੀ ਨਹੀਂ ਲੈਣੀ, ਨਹੀਂ ਦੇ ਰਿਹਾ ਮੈਂ ਦੋਸਤੀ ਨਹੀਂ ਦੇ ਰਿਹਾ, ਨੱਬਿਆਂ ਦੀ ਗੱਡੀ ਨਹੀਂ ਲੈਣੀ, ਚਲੋ ਸਾਈਡ ਤੇ ਹੋ ਜਾਓ ਮੈਂ ਤੇ ਸਾਈਡ ਤੇ ਗੱਡੀ ਪਿਆਨਾ ਵਾਪਸ ਦੇ ਦੇ ਸਾਈਡ ਤੇ ਕੱਢੋ ਦੇ ਦਿੱਤਾ ਕੱਢੋ ਲੈਣ ਦੇ ਆਹ ਕੋਈ ਜੀ 9 90 ਦੱਸੇਗਾ ਜੀ 9,90,000 ਰੁਪਿਆ 9,90,000 ਰੁਪਿਆ 9,90,000 ਰੁਪਿਆ ਨਹੀਂ ਜੀ ਨਹੀਂ ਜੀ ਬੇਟਾ ਸਾਈਡ ਤੇ ਲਾ ਗੱਡੀ ਕਰਮ ਹੋ ਗਿਆ।
ਕੇ ਲਿਆਓ ਜੀ, ਕਲਟਸ ਕਿਹਦੀ ਹੈ? ਚੱਲ ਰਿਹਾ ਹੈ ਜਿਹੜੀ ਉੱਥੇ ਖਲੋਤੀ ਸੀ ਉਤਨੀ ਪੈਸੇ ਦੱਸੋ ਇਹਦੇ ਹਾਂਜੀ ਅੱਠ ਮਾਡਲ ਦੀ ਬ੍ਰਾਂਡ ਕੋਲਰ ਖੋਲੋ ਇਹਦਾ ਡਾਕੂਮੈਂਟ ਕਲੀਅਰ ਫਾਈਵ ਮੈਟਰ ਕਲੀਅਰ ਪੱਕੀ ਅੱਠ ਮਾਡਲ ਪੌਣੇ 8 ਲੱਖ ਰੁਪਇਆ ਗੱਡੀ ਤੇ ਖੋਲ ਦੇ ਬਾਈ ਆਏ ਵੇਚਣ ਉਹ ਤੇ ਗੱਡੀ ਲਾਖ ਵੇਖੀ ਕੰਮ ਬੈਂਗੋ ਆਫਰ ਲਾਓ ਗੱਡੀ 5 ਲੱਖ ਰੁਪਇਆ ਅੱਠ ਮਾਡਲ ਦੀ ਗੱਡੀ 5 ਲੱਖ ਰੁਪਇਆ ਜੀ 5 ਲੱਖ ਰੁਪਇਆ 5 ਲੱਖ ਰੁਪਇਆ ਸਵਾ 5 ਲੱਖ ਰੁਪਇਆ ਨਹੀਂ ਜੀ ਕਿੰਨੇ ਦੀ ਦੇਣੀ ਪੌਣੇ 7 ਦੀ 6.75 ਦੀ 5.5 ਲੱਖ ਦੀ ਗੱਡੀ ਦੇਣੀ 5.5 ਲੱਖ ਰੁਪਇਆ ਨਹੀਂ ਜੀ 60,000 ਰੁਪਇਆ ਬੋਲੋ 5,60,000 ਰੁਪਇਆ ਨਹੀਂ 70,000 ਰੁਪਇਆ ਨਹੀਂ 75,000 ਰੁਪਇਆ ਨਹੀਂ 5,75,000 ਰੁਪਇਆ ਜੀ ਹੈ ਕੋਈ 5,75 ਤੋਂ ਦੇਦਾ ਜੀ 5,50,000 ਰੁਪਇਆ 8 ਮਾਡਲ ਦੀ ਮਿਰਾਨ 5,75,000 ਰੁਪਇਆ 5,75,000 ਰੁਪਇਆ 8 ਮਾਡਲ ਦੀ ਮਿਰਾਨ ਫਰੰਟ ਸੋਹਣਾ ਗੱਡੀ ਦਾ ਅਸਲ ਗੱਡੀ ਚੈੱਕ ਕਰ ਦਿੰਦਾ ਸਹੀ ਦਾ ਹਾਂਜੀ ਕਿੰਨੇ ਦੀ ਯਾਰ ਸਾਨੂੰ ਦੇਣੀ ਯਾਰ ਸਤਰ ਦੱਸ ਜਿੰਨੇ ਦੱਸੀ ਉਹਨੇ ਦੇਣੀ ਇਸ ਤੋਂ ਘੱਟ ਨਹੀਂ ਦੇਣੀ ਨਹੀਂ 8 ਮਾਡਲ ਦੀ ਮਿਰਾਨ 6,75,000 ਰੁਪਇਆ 5,80,000 ਰੁਪਇਆ ਬੋਲੋ ਨਹੀਂ ਜੀ ਨਹੀਂ ਜੀ ਪੱਕੀ 8 ਮਾਡਲ 5,80,000 ਰੁਪਇਆ 5,80,000 ਰੁਪਇਆ ਜੀ 5,80,000 ਰੁਪਇਆ ਜੀ 5,80,000 ਰੁਪਇਆ 5,80,000 ਰੁਪਇਆ 8 ਮਾਡਲ ਦੀ ਮਿਰਾਨ 5,80,000 ਰੁਪਇਆ 5,80,000 ਰੁਪਇਆ ਹੈ ਕੋਈ 5,80 ਤੋਂ ਉੱਤੇ ਦਾ ਜੀ ਹੈ ਕੋਈ 5,80 ਤੋਂ ਉੱਤੇ ਦਾ 5,80,000 ਰੁਪਇਆ ਨਹੀਂ ਜੀ 5,80,000 ਰੁਪਇਆ ਕੀ ਫਾਈਨਲ ਹੈ 6,75 ਹੈ ਕੋਈ 5,80 ਤੋਂ ਉੱਤੇ ਦਾ ਜੀ 5,80,000 ਰੁਪਇਆ ਜੀ 5,80,000 ਰੁਪਇਆ ਚਾਚਾ ਹੈ ਕੋਈ ਆਫਰ 8 ਮਾਡਲ ਗੱਡੀ ਹੈ 8 ਮਾਡਲ ਦੀ ਮਿਰਾਨ ਦੱਸੋ ਹੈ ਕੋਈ ਆਫਰ 5,80,000 ਰੁਪਇਆ ਤੇ 6,75,000 ਰੁਪਇਆ ਕੋਈ ਕਮੀ ਪੈਸੀ ਨੀ ਪਾਈ 6,75 ਤੋਂ ਵਧਦੀ ਦੇਰੀ ਫਿਰ 5,80,000 ਰੁਪਇਆ ਅੱਛਾ ਲੈਣੀ ਹੈ 90,000 ਰੁਪਇਆ ਪੂਰਾ 6,00,000 ਰੁਪਇਆ ਨਹੀਂ ਆਹ ਕੋਈ 6 ਲੱਖ ਤੋਂ ਉੱਤੇ ਦਾ ਜੀ 6 ਲੱਖ ਰੁਪਇਆ ਜੀ
6 ਲੱਖ ਰੁਪਇਆ ਦੋ ਜੀ, 6 ਲੱਖ ਰੁਪਇਆ ਦੇ ਜੀ, ਅੱਗੇ ਕਰੋ। ਚਲੋ ਜੀ ਪਰੇ ਹੋ ਜਾਓ ਭਾਈ, ਪਰੇ ਹੋ ਜਾਓ। ਬਿਲਕੁਲ ਯਾਦ ਨਾ ਵਾਲੀ ਗੱਲ ਕਰੋ।
ਕਾਰ ਦੇ ਦਾਂਗਾ, ਬੋਨਟ ਬੰਦ ਕਰ ਦਿਓ ਗੱਡੀ ਦਾ। 23 ਲੱਖ ਰੁਪਏ ਦੀ ਕਹਿੰਦੇ ਜੀ ਕਾਰ ਦੇ ਦਾਂਗਾ, 20 ਲੱਖ ਰੁਪਇਆ ਜੀ, 20 ਲੱਖ ਰੁਪਇਆ, 20 ਲੱਖ ਰੁਪਇਆ ਆਪ 20 ਤੋਤੇ ਦਾ ਜੀ ਥੱਲੇ ਕਰ ਦਿਓ ਅਬਦੁੱਲਾ ਬਾਈ, 20 ਲੱਖ ਰੁਪਇਆ, 20 ਲੱਖ ਰੁਪਇਆ ਜੀ, 20 ਲੱਖ ਰੁਪਇਆ, 20 ਲੱਖ ਰੁਪਇਆ, 60,000 ਰੁਪਇਆ ਜੀ, 20 ਲੱਖ 60,000 ਰੁਪਇਆ, 20 ਲੱਖ 60,000 ਰੁਪਇਆ ਜੀ, 20 ਲੱਖ 60,000 ਰੁਪਇਆ 12 ਮਾਡਲ ਦੀ ਜੀ ਐਲ ਆਈ 20 ਲੱਖ 60,000 ਰੁਪਇਆ। ਸਰ 23 ਤੋਂ ਘੱਟ ਨਹੀਂ ਦੇਣੀ ਗੱਡੀ, ਦੱਸੋ ਪੱਕੀ 12 ਮਾਡਲ, ਡਾਕੂਮੈਂਟ ਕਲੀਅਰ, ਬਾਇਓਮੈਟ੍ਰਿਕ ਕਲੀਅਰ, ਵਜਨ ਨੋਟ ਦਿਓ ਇੱਕ, ਦੱਸੋ ਪਿਆਰ ਵਾਲੇ ਪੈਸੇ ਦੱਸੋ, 20 ਲੱਖ 60,000 ਰੁਪਇਆ, ਐਲੋ 21 ਲੱਖ ਦੀ ਕਾਰ ਦੇ ਸੀ, ਚਲੋ ਪੈਸੇ ਠੀਕ ਨੇ, 21 ਲੱਖ21 ਲੱਖ ਰੁਪਇਆ ਦੱਸੋ ਗੱਡੀ ਦਿਓ, ਅਗਲੀ ਗੱਲ ਦੱਸੋ, ਗਰਮੀ ਬੜੀ ਮੇਰਾ ਹਾਲ ਖਰਾਬ, ਮੈਂ ਤੁਹਾਨੂੰ ਪਤਾ ਲੱਗਦਾ ਪਰਿਵਾਰ ਲਾਹੌਰ ਦਾ ਨੰਬਰ, ਡਾਕੂਮੈਂਟ ਕਲੀਅਰ, ਬਾਇਓਮੈਟ੍ਰਿਕ ਕਲੀਅਰ, 21-12 ਮਾਡਲ ਜੀ ਆਲ, 21 ਲੱਖ ਰੁਪਏ ਗੱਡੀ ਨੂੰ ਲੱਗ ਗਿਆ ਜੀ, 23 ਲੱਖ ਰੁਪਏ ਕਹਿ ਰਹੇ ਮਾਲਕ, ਕੀ ਕਮੀ ਪੇਸ਼ੀ ਹੈ ਦੱਸੋ, ਨਾਲ ਲੈ ਕੇ ਨਾ
ਕੀ ਖੁਦ ਆ ਜਾਓ ਇੱਧਰ ਛੋੜ ਦਿਓ, ਇਹ ਸਾਰੀ ਖਤਮ ਹੈ। ਆ ਜਾਓ ਛੋੜ ਦਿਓ, ਬੇਟਾ ਕੋਈ ਗੁੰਜਾਇਸ਼ ਨਿਕਾਲੋ। ਗਾੜੀ ਠੀਕ ਹੈ, ਨੁਕਸਾਨ ਵਾਲੀ ਨਹੀਂ ਹੈ। ਚਾਰ ਗੱਡੀ ਪਤਾ ਕੀ ਹੈ ₹3,000 35,000 ਰੁਪਇਆ, 40,000 ਰੁਪਇਆ ਦੇ ਦਿਓ, ਦਿਓ ਬਿਸਮਿਲ੍ਲਾ ਕਰੋ, ਦੇ ਦਿਓ, ਜਾਣ ਦਿਓ, ਜਾਣ ਦਿਓ ਸਰ, ਦੇ ਦਿਓ। ਅਸੀਂ ਉਹ ਗੱਲ ਨਹੀਂ ਕਰਾਂਗੇ, ਅਸੀਂ ਜਿਹੜੀ ਜ਼ਬਾਨ ਦੇਵਾਂਗੇ ਉੱਥੇ ਪਹਿਰਾ ਦੇਵਾਂਗੇ। 23,000 ਨਹੀਂ ਹੋਣੀ ਤੇਰੇ, ਫਰਕ ਹੀ ਦੇ ਸਰ, ਕੋਈ ਤਾਂ ਥੱਲੇ ਆਓ, ਦੇ ਦੇ ਭਾਜੀ ਕੁਛ ਥੋੜਾ ਜਿਹਾ, 40,000 ਦੇ ਦੇ, ਦੇ ਦੇ ਸਰ। ਉਹਨਾਂ ਮਜ਼ਦੂਰੀ ਵਾਸਤੇ ਗੱਡੀ ਲੈਣੀ, ਉਹਨਾਂ ਵੇਚਣ ਵਾਸਤੇ ਲੈਣੀ, ਰੱਖਣ ਵਾਸਤੇ ਨਹੀਂ ਲੈਣੀ, ਸਾਫ਼ ਜੀ ਗੱਲ ਭਰਾਓ ਤੁਸੀਂ, ਉਹਨਾਂ ਮਜ਼ਦੂਰੀ ਵਾਸਤੇ ਗੱਡੀ ਲੈਣੀ, ਠੀਕ ਹੈ ਜੀ, ਉਹਨਾਂ ਆਪਣਾ ਦੇ ਦਿਓ, ਦੇ ਦਿਓ ਸਰ। ਗੱਡੀਆਂ ਮਹਿੰਗੀਆਂ ਆਉਣੀਆਂ ਜਾਂ ਸਸਤੀਆਂ ਆਉਣੀਆਂ ਗੱਲ ਨੂੰ ਛੱਡ ਦਿਓ, ਅੱਜ ਦੀ ਗੱਲ ਕਰੋ, ਉਹ ਛੋੜ ਕੇ ਮਹਿੰਗੀਆਂ ਆ ਰਹੀਆਂ ਜਾਂ ਸਸਤੀਆਂ ਆ ਰਹੀਆਂ, ਇਹਨਾਂ ਗੱਲ ਨੂੰ ਛੋੜ ਦਿਓ। ਸਾਚੂ
ਦਾ ਪਾਣੀ ਜੀ ਪੇਂਟ ਦੀ ਸਬਰ ਕਰ ਜਾ ਹੌਸਲਾ ਕਰ ਇਨਵੈਸਟਰ ਚਾਰ ਪਿੱਲਾ ਡਿੱਗੀ ਮੈਂ ਲੈਣੀ ਭਰਾ ਅੱਜ ਲੜ ਕੇ ਲੈਣੀ ਉਸ ਦਿਨ ਨਹੀਂ ਲੜਿਆ ਅੱਜ ਲੜਨਾ ਬਾਜ ਨੇ ਇਸ ਗੱਡੀ ਦਾ ਮੈਂ 22,75,000 ਵੀ ਲਵਾਇਆ ਇਹਨਾਂ ਨਹੀਂ ਕੀਤੀ ਸੀ ਚਾਲੀ ਪੈਸੇ ਠੀਕ ਠਾਕ ਛੱਡ ਸਾਢੇ 21 ਲੱਖ ਰੁਪਏ ਦੀ ਗੱਡੀ ਇਸ ਤੋਂ 3 ਰੁਪਈਆ ਵੀ ਮੈਂ ਨਹੀਂ ਦੇਣਾ ਇਸ ਤੋਂ 3 ਰੁਪਇਆ ਨਹੀਂ ਦੇਣਾ ਦਿਲ ਕਰਦਾ ਵਾਪਸ ਕਰਦੇ ਪਿਆ ਨਾ ਦੂਜੀ ਵਾਰੀ ਨਹੀਂ ਆਖਾਂਗਾ ਗੱਡੀ ਤੁਹਾਡੀ ਲੈ ਯਾਰ ਕੁਛ ਨੀ ਸਾਡੇ ਪਿੱਛੇ ਜੇ 11 ਪਿੱਛੇ ਕੋਈ ਨਹੀਂ ਲੱਖ ਡੇਢ ਹੋਰ ਵੀ ਗਿਆ ਤਾਂ ਕੋਈ ਨਹੀਂ ਖਾਇਆ ਰਿਹਾ ਕੁਝ ਨਹੀਂ ਹੁੰਦਾ ਕਸਰ ਕਟਾ ਦਾਂਗੇ ਇਹ ਚਾਬੀ ਲੈ ਲਓ ਨਹੀਂ ਲੈ ਲਓ ਨਹੀਂ ਪੈਸੇ ਦੇਣੇ ਨੇ ਤਾਂ 1.5 ਦੀ ਹੋਈ ਨੇ ਉਂਝ ਲੈਣੀ ਨੇ ਤਾਂ ਤੁਹਾਡੀ ਨਹੀਂ ਉਂਝ ਨਹੀਂ ਮੇਰੇ ਲੱਗੇ ਤਾਂ ਕੀ ਗੱਲ ਲੈਣੀ ਤੇ ਫਿਰ ਉਹੀ ਗੱਲ ਸੀ ਬੇਟਾ ਯਾਰ ਉਹੀ ਹੋਈ ਨਾ ਭਜਨ ਟਾਈਮ ਸ਼ਾਟ ਹੈ ਬਾਮ ਕਰ ਮੰਨ ਲਓ ਮੇਰੇ ਮੇਰੀ ਪੀੜ੍ਹੀ ਨਾ ਮਤਲਬ ਹੱਲ ਲਵੇ ਤਾਂ ਮੈਨੂੰ ਨੁਕਸਾਨ ਕਰੇ ਤਾਂ ਜ਼ਰੂਰ ਮੇਰਾ ਉਹ ਵੀ ਨਾ ਮਤਲਬ ਹੱਲ ਹੋਵੇ ਤਾਂ ਮੈਨੂੰ ਨੁਕਸਾਨ ਥੋੜਾ ਜਿਹਾ ਹੁੰਦਾ ਤਾਂ ਚਲੋ ਬੰਦਾ ਸਹਿ ਬਹੁ ਨੁਕਸਾਨ ਇਤਨੇ ਦੀ ਗੱਡੀ ਜਿੱਦਾਂ ਮਤਲਬ ਲਾਈਕ ਗੱਡੀ ਤਾਂ ਨਹੀਂ ਕੌਣ ਦਿੰਦਾ ਜੀ 12 ਮਾਡਲ ਸਾਡੇ ਜ਼ਿਲ੍ਹਾ ਪੂਰੀ ਰੰਗੀ ਹੋਈ ਵੀ ਸਾਰਾ ਕੁਝ ਹੋਇਆ ਕੋਈ ਨਹੀਂ ਦਿੰਦਾ ਮੇਰਾ ਭਰਾ ਤਾਂ ਦਿੰਦਾ ਹੋਰ ਕੋਈ ਨਹੀਂ ਦਿੰਦਾ ਮੈਂ ਜਨਾਬ ਬਗੈਰ ਕਿਸੇ ਕਹਿ ਤੋ ਨਹੀਂ ਬਸ ਤੇ ਸਾਡੇ ਕੀ ਦੀ ਗੱਡੀ ਠੀਕ ਹੈ ਮੰਨ ਲਓ ਮੰਨ ਲਓ ਆਹ ਮੈਂ ਬੜੇ ਪਿਆਰ ਨਾਲ ਕਹਿ ਰਿਹਾ ਲਿਖੀਏ ਮੰਨ ਲਓ ਨਹੀਂ ਹੋਣਾ ਮੈਂ ਭਾਜਨ ਕੋ ਗੁੰਜਾਇਸ਼ ਸਾਡੇ ਭਾਈ ਇਸ ਉੱਤੇ ਆਨਾ ਵੀ ਨੀ ਦੇਣਾ ਜੇ ਦੇਣੀ ਆ ਦੇ ਖੁਦਾ ਦੀ ਕਸਮ ਹਜ਼ਾਰ ਵੀ ਨੀ ਉੱਤੇ ਦੇਣਾ ਬਸ ਕਸਮ ਚੁੱਕ ਦਿੱਤੀ
ਨਹੀਂ ਲੈਣੀ 21,60,000 ਰੁਪਿਆ ਨਹੀਂ ਲੈਣੀ ਕਾਰ ਦੀ ਵੀ ਗੱਡੀ ਲੈਣੀ ਨਹੀਂ ਲੈਣੀ 21,60,000 ਰੁਪਿਆ ਨਹੀਂ ਦੇਣੀ ਨਹੀਂ ਦੇਣੀ ਨਾਰਾਜ਼ ਨਹੀਂ ਹੁਣ ਬਸ ਗੱਲ ਹੋ ਕੇ ਗੱਲ 21,60,000 ਦੀ ਗੱਡੀ ਦੇਣੀ ਨਹੀਂ ਦੇਣੀ ਅੱਛਾ ਜੀ ਮੈਂ ਤਾਂ ਪਿਆ ਕੇ ਪਿਆਣੀ ਗੱਲ ਇਤਨੇ ਦੀ ਬਣਦੀ ਹੁੰਦੀ ਮੈਂ ਤੁਹਾਡੀ ਦੂਜੀ ਵਾਰੀ ਖਵਾਉਣੀ ਲਾਈ ਗੱਲ ਨਹੀਂ ਦੇਣੀ ਨਾ ਦੂਜੀ ਵਾਰੀ ਗੱਲ ਮੈਂ ਕਸਮ ਚੁੱਕ ਦਿੱਤੀ ਹੁਣ ਮੈਂ ਕਾਟ ਵੀ ਨਹੀਂ ਕਰਦਾ ਅਗਰ ਜ਼ਿਆਦੀ ਸਮਝ ਰਹੇ ਫਿਰ ਨਾ ਦਿੱਤਾ ਕੋਈ ਨੀ ਗੱਡੀ ਕਰਦੇ ਇਨਵੈਸਟਰ ਹੀ ਆ ਜਿਹਨੇ ਗੱਡੀ ਕਰ ਲੋ ਜਿੱਥੇ ਕੋਈ ਨੀ ਅੱਡੀ ਗਾ ਜਿੱਥੇ ਇਤਨਾ ਕਰ ਰਹੇ ਹੋ ਅੱਲਾਹ ਪਾਕ ਕਿਸੇ ਹੋਰ ਪਾਸੇ ਪੂਰੇ ਕਰ ਦੇ ਦਿਓ ਨਹੀਂ 21,60,61 ਵੀ ਨਹੀਂ 21,60 ਭਜਨ ਦੱਸਣ ਤੁਸੀਂ ਹੁਣ ਕਰ ਦਿੱਤੀ ਦੱਸਣ ਤੁਸੀਂ ਕਿਧਰ ਗਏ ਗੱਡੀ ਸਾਈਡ ਤੇ ਕਰ ਪਿੱਛੇ ਆ ਕਿੱਧਰ ਗਿਆ ਮਜ਼ਰ ਲਿਖਾਓ ਲਿਖੋ ਰਸੀਦ ਪਾ ਗੱਡੀ ਪਿੱਛੇ ਕਰਕੇ ਲਾ ਦੋ ਲਾਗ ਕਰ ਦੇ ਮੇਰਾ ਨਹੀਂ ਚੱਲ ਰਿਹਾ ਬਾਕੀ ਦੇਰ ਹੀ ਹੈ ਆਪਕਾ ਦੋ ਦਫ਼ਾ ਬਾਅਦ ਮੈਂ ਕਰਾਊਂਗਾ